ਪੰਜਾਬ ਚ ਲੰਮਾ ਸਮਾਂ ਵਿਦਿਆਰਥੀ ਚੋਣਾਂ ਨਹੀਂ ਹੋਈਆਂ ਪੰਜਾਬ ਦੇ ਵਿੱਚ ਵਿਦਿਆਰਥੀ ਚੋਣਾਂ ਦਾ ਇਤਿਹਾਸ ਕਾਲੇ ਦੌਰ ਤੋਂ ਬਾਅਦ ਐਸਾ ਰਿਹਾ ਕਿ ਵਿਦਿਆਰਥੀ ਚੋਣਾਂ ਬੰਦ ਕਰਨੀਆਂ ਪਈਆਂ ਪਰ ਅਕਸਰ ਇਹ ਸਵਾਲ ਆਉਂਦਾ ਸੀਗਾ ਕਿ ਵਿਦਿਆਰਥੀਆਂ ਨੂੰ ਹੱਕ ਕਿਉਂ ਨਹੀਂ ਦਿੱਤੇ ਜਾਂਦੇ ਨੌਜਵਾਨ ਪੀੜੀ ਸਭ ਤੋਂ ਜ਼ਿਆਦਾ ਹੈ ਪੰਜਾਬ ਦੇ ਵਿੱਚ ਅੱਜ ਅਕਾਲੀ ਦਲ ਦੀ ਵਿਦਿਆਰਥੀ ਜਥੇਬੰਦੀ ਸਟੂਡੈਂਟ ਆਰਗੇਨਾਈਜੇਸ਼ਨ ਦੇ ਵੱਲੋਂ ਅੱਜ ਮੀਟਿੰਗ ਕੀਤੀ ਗਈ ਲੁਧਿਆਣਾ ਚ ਵੱਡਾ ਇਕੱਠ ਕੀਤਾ ਗਿਆ ਪ੍ਰਧਾਨ ਪਰਮਿੰਦਰ ਸਿੰਘ ਵਿਰਾੜ ਸਾਡੇ ਨਾਲ ਨੇ ਵਿਰਾੜ ਸਾਹਿਬ ਕੀ ਵੱਖਰਾ ਹੈਗਾ ਬਾਕੀ ਰਵਾਇਤੀ ਪਾਰਟੀਆਂ ਵੀ ਹੈਗੀਆਂ ਉਹਨਾਂ ਦੀਆਂ ਵੀ ਜਥੇਬੰਦੀਆਂ ਐਨਐਸਯੂ ਆਈ ਹੈ ਦਿੱਲੀ ਦੇ ਵਿੱਚ ਏਬੀਵੀਪੀ ਬੜਾ ਜ਼ਬਰਦਸਤ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ ਤੁਸੀਂ ਕੀ ਨਵਾਂ ਲੈ ਕੇ ਆਏ ਹੋ ਅਸੀਂ ਪਲੈਟਫਾਰਮ ਲੈ ਕੇ ਆਏ ਆ ਸਟੂਡੈਂਟਸ ਲਈ ਅੱਜ ਤੱਕ ਤੁਸੀਂ ਪੰਜਾਬ 'ਚ ਦੇਖਿਆ ਹੋਣਾ ਦਿੱਲੀ ਦੀ ਗੱਲ ਹੋਰ ਹੈ ਪੰਜਾਬ ਦੇ ਵਿੱਚ ਚਾਹੇ ਏਬੀਵੀਪੀ ਹੈ ਚਾਹੇ ਐਨਐਸਯੂ ਹੀ ਹੈ ਜਾਂ ਕੋਈ ਹੋਰ ਵਿੰਗ ਹੈ ਕਿਸੇ ਦੇ ਵਿੱਚ ਕੁੜੀਆਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਦਿੱਤੀ ਜਾਂਦੀ ਅਸੀਂ ਕੁੜੀਆਂ ਦੀ ਰਿਪਰੈਜ਼ੈਂਟੇਸ਼ਨ ਹੁਣ ਤਾਂ ਪ੍ਰਧਾਨ ਹੈ ਯੂਨੀਵਰਸਿਟੀ ਦੀ ਕੁੜੀ ਖੱਬੇ ਪੱਖੀਆਂ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਪ੍ਰਧਾਨ ਬਣਾਈ ਉਹ ਖੱਬੇ ਪੱਖੀਆਂ ਨੇ ਬਣਾਈ ਹੈ ਪੰਜਾਬੀ ਯੂਨੀਵਰਸਿਟੀ 'ਚ ਅਸੀਂ ਵੀ ਇਲੈਕਸ਼ਨਾਂ ਲੜੇ ਆ ਪੰਜਾਬੀ ਯੂਨੀਵਰਸਿਟੀ ਸਟੂਡੈਂਟਾਂ ਦੀ ਮਦਦ ਨਾਲ ਅਸੀਂ ਵੀ ਜਿੱਤੇ ਆ ਇਲੈਕਸ਼ਨਾਂ ਅੱਜ ਵੀ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਇਲੈਕਟਿਡ ਪ੍ਰੈਜ਼ੀਡੈਂਟ ਸੀ ਪੰਜਾਬੀ ਯੂਨੀਵਰਸਿਟੀ ਦੇ ਜੈਸਮਿਨ ਕੰਗ ਉਹ ਵੀ ਅੱਜ ਇੱਥੇ ਆਏ ਹੋਏ ਸੀ ਸਾਡੇ ਵਿੱਚ ਉਹਨਾਂ ਨੇ ਵੀ ਆਪਣੇ ਥੀਵਸ ਦੱਸੇ ਐ ਇੰਨਾ ਵੱਡਾ ਕੱਟ ਕੀਤਾ ਤੁਸੀਂ ਕੀ ਮੈਸੇਜ ਕੀ ਦੇ ਰਹੇ ਹੋ ਆਪਣੀ ਪਾਰਟੀ ਦੇ ਵਿਦਨ ਮੈਸੇਜ ਦੇ ਰਹੇ ਹੋ ਜਾਂ ਵਿਦਿਆਰਥੀਆਂ ਨੂੰ ਦੇ ਰਹੇ ਹੋ ਜਾਂ ਲੋਕਾਂ ਨੂੰ ਕੀ ਮੈਸੇਜ ਜਾ ਰਿਹਾ ਅਸੀਂ ਪਾਰਟੀ ਦੇ ਪ੍ਰਧਾਨ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਹੀ ਮੈਸੇਜ ਦੇ ਰਹੇ ਹਾਂ ਕਿ ਯੂਥ ਨੂੰ ਅੱਗੇ ਆਉਣ ਦੀ ਲੋੜ ਹੈ 60% ਵੋਟ ਸ਼ੇਅਰ ਇਸ ਵੇਲੇ ਯੂਥ ਦਾ ਤੁਸੀਂ ਚਾਤ ਮਾਰੋ ਜੇ ਪੰਜਾਬ ਦੀ ਆਪਾਂ ਗੱਲ ਕਰੀਏ 2017 ਦੀਆਂ ਜਿਹੜੀਆਂ ਵੋਟਾਂ ਹੋਈਆਂ ਸੀ ਇੱਕ ਕਰੋੜ 90 ਲੱਖ ਵੋਟਰ ਸੀ ਤੇ ਜਿਹੜੀ ਪਾਰਟੀ ਨੇ ਸਰਕਾਰ ਬਣਾਈ ਉਹਨਾਂ ਨੂੰ ਸਿਰਫ 58 ਲੱਖ ਵੋਟਾਂ ਬਈ ਤੇ ਜਿਹਨਾਂ ਦੇ ਨੌਜਵਾਨਾਂ ਦੀ ਵੋਟ ਹੈ ਉਹ 1 ਕਰੋੜ 12 ਲੱਖ ਥੋੜੀ ਬਿਹਤਰ ਕਿਵੇਂ ਹੈ ਐਨਐਸਯੂਆਈ ਹੋਗੀ ਬਾਕੀ ਪਾਰਟੀਆਂ ਨੇ ਸੋਈ ਬਾਕੀਆਂ ਨਾਲੋਂ ਬਿਹਤਰ ਕਿਵੇਂ ਹੈਗੀ ਅਸੀਂ ਸਟੂਡੈਂਟਾਂ ਦੇ ਲਈ ਕੰਮ ਕੀਤੇ ਹੈ ਸਾਡੇ ਕੋਲੇ ਕੰਮ ਕੀਤਿਆਂ ਦਾ ਰਿਕਾਰਡ ਹੈ ਅਸੀਂ ਗੱਲਾਂ ਨਾਲ ਨਹੀਂ ਕੰਮ ਕਰਦੇ ਅਸੀਂ ਜੋ ਜੋ ਕੀਤਾ ਸਟੂਡੈਂਟਾਂ ਲਈ ਸਾਡੀ ਲੰਮੀ ਲਿਸਟ ਹੈ ਮੈਂ ਤਾਂ ਇੱਕ ਹੀ ਗੱਲ ਕਹਿਣਾ ਤੁਸੀਂ ਗੂਗਲ ਕਰ ਲਓ ਤੁਸੀਂ ਪੱਤਰਕਾਰ ਹੋ ਕਾਂਗਰਸ ਦਾ ਮੈਨੀਫੈਸਟੋ ਕੱਢ ਲਓ ਜੋ ਜੋ ਸਟੂਡੈਂਟਾਂ ਲਈ ਉਹਨਾਂ ਨੇ ਵਾਅਦੇ ਕੀਤੇ ਜੇ ਇੱਕ ਵਾਦਾ ਵੀ ਪੂਰਾ ਹੋਇਆ ਕੀਤਾ ਹੋਵੇ ਨਾ ਇੱਕ ਵੀ ਵਾਦਾ ਇੱਕ ਨੌਕਰੀ ਜ਼ਰੂਰ ਦਿੱਤੀ ਉਹ ਵੀ ਇੱਥੇ ਜਿਹੜਾ ਤੁਹਾਡੇ ਲੁਧਿਆਣੇ ਐ ਪੂਆ ਰਵਨੀਤ ਬਿੱਟੂ ਉਹਦੇ ਪਰਾਂ ਉਹਨੂੰ ਜ਼ਰੂਰ ਡੀਐਸਪੀ ਬਣਾਤਾ ਪਰ ਇੱਕ ਬੰਦਾ ਦੱਸ ਦਿਓ ਜਿਹਨੂੰ ਪੰਜਾਬ 'ਚ ਸਰਕਾਰੀ ਨੌਕਰੀ ਦਿੱਤੀ ਹੋਵੇ ਕੋਈ ਇੱਕ ਚੋਣ ਵਾਦਾ ਮੈਨੀਫੈਸਟੋ ਦਾ ਪੂਰਾ ਕੀਤਾ ਹੋਵੇ ਤੇ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਤੁਸੀਂ ਅਕਾਲੀ ਦਲ ਦਾ ਭਾਜਪੀ ਦਾ ਪੁਰਾਣਾ ਮੈਨੀਫੈਸਟੋ ਚੱਕ ਲਓ ਜੋ ਸਟੂਡੈਂਟਾਂ ਲਈ ਜੋ ਯੂਥ ਲਈ ਵਾਅਦੇ ਕੀਤੇ ਸੀ 90% ਪੂਰੇ ਕੀਤੇ ਅੱਜ ਤੁਸੀਂ ਆਪਣੇ ਸੰਬੋਧਨ ਦੇ ਵਿੱਚ ਸਾਡੇ ਫ੍ਰੀडम ਫਾਈਟਰਸ ਦਾ ਬਹੁਤ ਜ਼ਿਕਰ ਕੀਤਾ ਕਰਤਾਰ ਸਿੰਘ ਸਰਾਭਾ ਦਾ ਖਾਸ ਤੌਰ ਤੇ ਇਥੇ ਇਸ ਧਰਤੀ ਤੇ ਆਏ ਹੋ ਸਾਰੇ ਸਜਦਾ ਕਰਦੇ ਤੁਹਾਨੂੰ ਕੀ ਲੱਗਦਾ ਯੂਥ ਭੁੱਲਦਾ ਜਾ ਰਿਹਾ ਉਹਨਾਂ ਨੂੰ ਯੂਥ ਪੁਲਦਾ ਨਹੀਂ ਜਾ ਰਿਹਾ ਯੂਥ ਫੋਟੋਆਂ ਤੁਸੀਂ ਅੱਜ ਵੀ ਯੂਥ ਵਾਲਿਆਂ ਦੇ ਮੋਬਾਈਲ ਖਲਾ ਕੇ ਦੇਖ ਲਿਓ ਤੁਹਾਨੂੰ ਫੋਟੋ ਭਗਤ ਸਿੰਘ ਦੀ ਮਿਲੂਗੀ ਬਟ ਉਹ ਆਪਦੀ ਐਕਟਿਵ ਪਾਰਟਿਸਪੇਸ਼ਨ ਤੋਂ ਪਿੱਛੇ ਹੁੰਦਾ ਜਾ ਰਿਹਾ ਸਿਸਟਮ ਇਹੋ ਜਿਹਾ ਬਣ ਗਿਆ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਨਹੀਂ ਇਸ ਚੀਜ਼ ਦਾ ਹਿੱਸਾ ਬਣ ਸਕਦੇ ਅਸੀਂ ਅੱਜ ਜਿਹੜਾ ਪ੍ਰੋਗਰਾਮ ਕੀਤਾ ਹੈ ਏਸੇ ਕਰਕੇ ਕੀਤਾ ਹੈ ਕਿ ਪਲੈਟਫਾਰਮ ਤੁਹਾਡਾ ਯੂਥ ਨੂੰ ਅੱਗੇ ਆਉਣ ਦੀ ਲੋੜ ਹੈ ਸਟੂਡੈਂਟਸ ਨੂੰ ਅੱਗੇ ਆਉਣ ਦੀ ਲੋੜ ਹੈ ਆਪਾਂ ਅੱਗੇ ਆਵਾਂਗੇ ਤਾਂ ਹੀ ਆਪਾਂ ਆਪਣੀਆਂ ਮੁਸ਼ਕਿਲਾਂ ਦਾ ਹੱਲ ਕਰ ਸਕਦੇ ਆ ਆਪਣਾ ਹੱਲ ਕਿਸੇ ਨੇ ਨਹੀਂ ਕਰਨਾ ਮਹਿਲਾਵਾਂ ਦੀ ਗੱਲ ਕਰ ਰਹੇ ਹਾਂ ਰੈਜ਼ਰਵੇਸ਼ਨ ਦੇ ਹੱਕ 'ਚ ਹੈਗੇ ਹਾਂ ਕਿ ਯੂਨੀਵਰਸਿਟੀਆਂ ਦੇ ਵਿੱਚ ਕਾਲਜਾਂ ਦੇ ਵਿੱਚ ਕੁੜੀਆਂ ਨੂੰ ਕੋਈ ਨਾ ਕੋਈ ਅਹੁਦਾ ਜ਼ਰੂਰ ਇੱਕ ਫਿਕਸ ਕਰ ਦੇਣਾ ਚਾਹੀਦਾ ਹੈ ਕਿ ਕੁੜੀਆਂ ਵਾਸਤੇ ਸੀਮਤ ਕੀਤਾ ਜਾਵੇ ਉਹ ਲੜਨ ਚਾਹੇ ਉਹ ਵਾਈਸ ਪ੍ਰੈਜ਼ੀਡੈਂਟ ਹੈ ਪ੍ਰੈਜ਼ੀਡੈਂਟ ਹੈ ਦੇਖੋ ਉਹ ਆਂਦੇ ਆ ਕਿ ਅਸੀਂ ਕੁੜੀਆਂ ਦੇ ਹੱਕ ਮੰਗਦੇ ਹਾਂ ਬਰਾਬਰ ਦੇ ਹੱਕ ਹੋਣੇ ਚਾਹੀਦੇ ਆ ਪਰ ਇਹਦਾ ਇਹ ਮਤਲਬ ਨਹੀਂ ਕਿ ਮੁੰਡਿਆਂ ਦੇ ਹੱਕ ਘੱਟ ਹੋਣੇ ਚਾਹੀਦੇ ਮੈਂ ਤਾਂ ਦੋਵਾਂ ਦੇ ਬਰਾਬਰ ਦੇ ਹੱਕਾਂ ਦੀ ਗੱਲ ਕਰਦਾ ਹਕ ਦੋਵਾਂ ਨੂੰ ਮਿਲਨੇ ਚਾਹੀਦੇ ਬਰਾਬਰ ਦੇ ਮਿਲਨੇ ਚਾਹੀਦੇ ਕਨਸਟੀਟਿਊਸ਼ਨ ਚ ਵੀ ਆਪਣੇ ਲਿਖਿਆ ਇਹ ਹੱਕ ਬਰਾਬਰ ਦੇ ਹੋਣੇ ਚਾਹੀਦੇ ਰਿਜ਼ਰਵੇਸ਼ਨ ਹੋਊਗੀ ਅਸੀਂ ਤਾਂ ਤੁਹਾਨੂੰ ਪਹਿਲਾਂ ਦੱਸਿਆ ਅੰਦਰ ਸਟੇਜ ਤੇ ਵੀ ਦੱਸਿਆ ਕਿ ਅਸੀਂ ਜਿਹੜੀ ਹੁਣ ਆਰਗੇਨਾਈਜੇਸ਼ਨ ਬਣਾ ਰਹੇ ਹਾਂ ਕੁੜੀਆਂ ਲਈ ਪ੍ਰੋਪਰ ਸਾਰਾ ਸਟਰਕਚਰ ਬਣ ਰਿਹਾ ਡਿਸਟ੍ਰਿਕਟ ਲੈਵਲ ਤੇ ਵੀ ਬਣ ਰਿਹਾ ਅਡ ਯੂਨਿਟ ਵੀ ਬਣ ਰਿਹਾ ਜਿਹੜੀ ਅਸੀਂ ਨੈਸ਼ਨਲ ਬਾਡੀ ਬਣਾਵਾਂਗੇ ਉਹਦੇ ਚ ਵੀ ਕੁੜੀਆਂ ਦੀ ਪ੍ਰੋਪਰ ਰਿਪਰੈਜ਼ੈਂਟੇਸ਼ਨ ਤੁਹਾਨੂੰ ਦੇਖੋ ਨਾ ਨੈਸ਼ਨਲ ਬਾਡੀ ਦੀ ਗੱਲ ਕਰ ਰਹੇ ਹਾਂ ਬੜਾ ਇੰਟਰਸਟਿੰਗ ਹੈ ਪੰਜਾਬ ਤੋਂ ਬਾਹਰ ਵੀ ਜਾਊਗੀ ਸੋਈ ਤਾਨੂੰ ਹੈਰਾਨੀ ਹੋਊਗੀ ਜਾਣ ਕੇ ਜਾਊਗੀ ਨਹੀਂ ਪੰਜਾਬ ਤੋਂ ਬਾਹਰ ਅਸੀਂ ਦਿੱਲੀ ਦੇ ਕਾਲਜ ਪਿਛਲੇ ਕਈ ਸਾਲ ਤੋਂ ਖਾਲਸਾ ਕਾਲਜ ਤੇ ਹੋਰ ਕਾਲਜ ਹੈ ਜਿੱਥੇ ਐਸ.ਓ.ਆਈ. ਜਿੱਤਦੀ ਆ ਰਹੀ ਹੈ ਹੂੰ ਇਲੈਕਸ਼ਨ ਲੜਦੀ ਆ ਰਹੀ ਹੈ ਰਿਪਰੈਜੈਂਟੇਸ਼ਨ ਐਸ.ਓ.ਆਈ. ਦੀ ਐਜ਼ ਪ੍ਰੈਜ਼ੀਡੈਂਟ ਤੇ ਸਾਰੀ ਕਾਉਂਸਲ ਐਸ.ਓ.ਆਈ. ਦੀ ਹੈ ਅਸੀਂ ਬਹੁਤ ਜਲਦੀ ਆਪਣਾ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਯੂਨਿਟ ਸਟੈਬਲਿਸ਼ ਕਰਨ ਜਾ ਰਹੇ ਹਾਂ ਤੇ ਬਹੁਤ ਜਲਦੀ ਅਸੀਂ ਇੱਕ ਕੈਨੇਡਾ ਅਮਰੀਕਾ ਚ ਬਣਾ ਰਹੇ ਹਾਂ ਉੱਥੇ ਬੜੀ ਜਿਹੜੀ ਯੰਗ ਜਨਰੇਸ਼ਨ ਜਾ ਰਹੀ ਹੈ ਉਹਨਾਂ ਨੂੰ ਕੋਈ ਦਿੱਕਤ ਆਉਂਦੀ ਹੈ ਉਹਦਾ ਹੱਲ ਅਸੀਂ ਕਰਾਂਗੇ ਖੱਲੀ ਸਿੱਖ ਓਰੀ ਦੇ ਅਕਾਲੀ ਦਲ ਤਾਂ ਸਾਰਿਆਂ ਦੀ ਪਸੰਦੀ ਪਾਰਟੀ ਇਸ ਦਾ ਕਨਸਟੀਟਿਊਸ਼ਨ ਵੀ ਸੈਕੂਲਰ ਲਿਖਿਆ ਆਪਾਂ ਸਾਰੇ ਤਰਮਾਨੂੰ ਨਾਲ ਲੈ ਕੇ ਚੱਲਦੇ ਆਂ ਏਜੰਡਾ ਕੀ ਹੁਣ ਐਕਸਪੈਂਡ ਕੀ ਕਰੋਗੇ ਹੁਣ ਇਹਨੂੰ ਪੰਜਾਬ ਦੇ ਵਿੱਚ ਕਿਉਂਕਿ ਅਕਾਲੀ ਦਲ ਚਾਹੇ ਮੁਖਤਾਰਾ ਦੀ ਜਿਹੜੀ ਪਾਰਟੀ ਹੈਗੀ ਆ ਸੁਖਬੀਰ ਬਾਦਲ ਹੋਣ ਵਿਕਰਮ ਮਜੀਠੀਆ ਹੋਣ ਉਹਨਾਂ ਦੀ ਪਿਛਲੇ ਕੁਝ ਦਿਨਾਂ ਤੋਂ ਐਕਟੀਵਿਟੀਜ਼ ਬੜੀਆਂ ਜ਼ਬਰਦਸਤ ਰਹੀਆਂ ਵੱਡੇ ਘੱਟ ਪਾਰਟੀ ਕਰ ਰਹੀ ਹੈਗੀ ਹੈ ਤੁਸੀਂ ਵੀ ਹੁਣ ਅੱਜ ਬਹੁਤ ਵੱਡਾ ਇੱਥੇ ਕੱਟ ਕੀਤਾ ਤਾਂ ਅੱਗੇ ਜਾ ਕੇ ਤੁਹਾਡਾ ਏਜੰਡਾ ਕੀ ਰਹੂਗਾ ਅਸੀਂ ਇਹ ਏਜੰਡਾ ਹੀ ਬਣਾ ਰਹੇ ਹਾਂ ਵਿਜਨ ਡਾਕੂਮੈਂਟ ਅਸੀਂ ਆਪ ਨਹੀਂ ਲੋਕਾਂ ਤੇ ਥੋਪ ਰਹੇ ਦੂਜੀਆਂ ਪਾਰਟੀਆਂ ਵਾਂਗ ਅੱਜ ਅਸੀਂ ਇੱਥੇ ਆਏ ਆ ਤੁਸੀਂ ਦੇਖਿਆ ਗੁਰੂਦੀ ਮੇਰ ਨਾਲ ਬੜਾ ਵਧੀਆ ਸਟੂਡੈਂਟਸ ਦਾ ਸਾਨੂੰ ਸਮਰਥਨ ਮਿਲਿਆ ਅਸੀਂ ਉਹਨਾਂ ਨਾਲ ਬੈਠ ਕੇ ਕਿ ਕੀ ਹੋਣਾ ਚਾਹੀਦਾ ਕੀ ਉਹਨਾਂ ਦੇ ਸੁਜੈਸ਼ਨਸ ਹੈ ਉਹ ਲੈ ਕੇ ਇੱਕ ਵਿਜਨ ਡਾਕੂਮੈਂਟ ਤਿਆਰ ਕਰ ਰਹੇ ਹਾਂ ਜਿਵੇਂ ਉਹ ਚਾਹਣਗੇ ਅਸੀਂ ਤਾਂ ਸਿਰਫ ਪਲੈਟਫਾਰਮ ਪ੍ਰੋਵਾਈਡ ਕਰ ਰਹੇ ਹਾਂ ਉਹਨਾਂ ਨੂੰ ਉਸੇ ਤਰੀਕੇ ਅਸੀਂ ਵਿਜਨ ਡਾਕੂਮੈਂਟ ਬਣਾਵਾਂਗੇ ਤੇ ਉਹਨੂੰ ਲਾਗੂ ਕਰਾਂਗੇ ਪਰ ਆਮ ਤੌਰ ਤੇ ਤਾਂ ਵਰਤਦੀਆਂ ਰਹੀਆਂ ਐ ਬੜਾ ਦੋਸ਼ ਹੈ ਕਿ ਪਾਰਟੀਆਂ ਸਟੂਡੈਂਟ ਜੱਥੇ ਬੱਧੀਆਂ ਬਣਾਉਂਦੀਆਂ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੂੰ ਵਰਤਦੀਆਂ ਹੈਗੀਆਂ ਯੂਨੀਵਰਸਿਟੀ 'ਚ ਲੜਾਈਆਂ ਹੁੰਦੀਆਂ ਕਹਿੰਦੇ ਐ ਕਿ ਉੱਥੇ दारू ਵੀ ਚੱਲਦੀ ਐ ਇਲੈਕਸ਼ਨਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਵੀ ਇੱਕ ਬੜਾ ਸਵਾਲੀਆ ਨਿਸ਼ਾਨ ਹੋ ਸਕਦੇ ਫਿਊਚਰ ਦੇ ਵਿੱਚ ਦੇਖੋ ਮੈਂ ਜਿਵੇਂ ਸਟੇਜ ਤੋਂ ਵੀ ਦੱਸਿਆ ਕਿ 2005 ਦੇ ਵਿੱਚ ਮੈਂ ਇੱਕ ਸਟੂਡੈਂਟ ਸੀ ਮੈਂ ਇੱਕ ਸਧਾਰਨ ਕਰਤੂ ਆ ਸਾਡਾ ਪਛੋਕੜ ਵਿੱਦਿਅਕ ਖੇਤਰ ਨਾਲ ਜੁੜਿਆ ਹੋਇਆ ਮੈਨੂੰ ਮੌਕਾ ਦਿੱਤਾ ਸਰਦਾਰ ਸੁਖਪੀਰ ਸਿੰਘ ਜੀ ਬਾਦਲ ਸਾਹਿਬ ਨੇ ਮਜੀਠੀਆ ਸਾਹਿਬ ਨੇ ਐਡੀ ਛੋਟੀ ਉਮਰ 'ਚ ਮੈਨੂੰ ਯੂਥ ਅਕਾਲੀ ਦਲ ਦਾ ਮੈਂ ਸਭ ਤੋਂ ਛੋਟੀ ਉਮਰ ਦਾ ਸੈਕਟਰੀ ਜਨਰਲ ਰਿਹਾ ਹਾਂ ਸਰਕਾਰ ਦੇ ਵਿੱਚ ਮੈਂ ਬਾਦਲ ਸਾਹਿਬ ਦਾ OSD ਰਿਹਾ ਹਾਂ ਉਹਨਾਂ ਮੌਕਾ ਦਿੱਤਾ ਵਰਤਿਆ ਤਾਂ ਨਹੀਂ ਸਾਨੂੰ ਮੌਕਾ ਦਿੱਤਾ ਇੱਕ ਪਲੈਟਫਾਰਮ ਦਿੱਤਾ ਜਿੱਤੇ ਅਸੀਂ ਬਾਕੀ ਯੂਥ ਨੂੰ ਇਕੱਠੇ ਕਰਕੇ ਉਹਨਾਂ ਨੂੰ ਨੁਮਾਇੰਦਗੀ ਦੇਵਾਂਗੇ ਜਿਹੜੀ ਤੁਹਾਡੇ ਸਾਹਮਣੇ ਆਊਗੀ ਤੁਸੀਂ ਦੱਸ ਦਿਓ ਇਤਿਹਾਸ 'ਚ ਕੋਈ ਮੈਥੋਂ ਛੋਟੀ ਉਮਰ ਦਾ OSD ਬਣਿਆ ਮੈਥੋਂ ਪਹਿਲਾਂ ਨਹੀਂ ਬਣਿਆ ਮੈਥੋਂ ਬਾਅਦ 'ਚ ਜ਼ਰੂਰ ਬਣੇ ਹੋ ਸਕਦੇ ਤੁਹਾਨੂੰ ਕੀ ਲੱਗਦਾ ਅਕਾਲੀ ਦਲ ਸਹੀ ਸੇਧ ਦੇ ਰਹੀ ਹੈ ਨੌਜਵਾਨਾਂ ਨੂੰ ਬਿਲਕੁਲ ਸਹੀ ਸੇਧ ਦੇਵਾਂਗੇ ਜੀ ਅਸੀਂ ਰਿਪਰੈਜ਼ੈਂਟੇਸ਼ਨ ਕਰ ਰਹੇ ਹੁਣ ਬਹੁਤ ਵੱਡਾ ਸਵਾਲ ਹੈ ਇਹ ਕਿ ਪਰਮਿੰਦਰ ਬਰਾੜ ਪਰਸਨਲੀ ਕੀ ਸੋਚਦੇ ਆ ਪਾਰਟੀ ਦੀ ਤਾਂ ਇੱਕ ਸੋਚ ਹੈਗੀ ਹੈ ਤੁਸੀਂ ਕੀ ਸੋਚਦੇ ਹੋ ਪੰਜਾਬ ਦਾ ਯੂਥ ਕਿੱਥੇ ਲੈਕ ਕਰ ਰਿਹਾ ਦੇਖੋ ਜੋ ਪਾਰਟੀ ਦੀ ਸੋਚ ਆ ਉਹੀ ਸਾਡੀ ਸੋਚ ਆ ਸਾਡੀ ਸੋਚ ਕੋਈ ਪਾਰਟੀ ਤੋਂ ਵੱਖਰੀ ਨਹੀਂ ਅਸੀਂ ਬੈਠਦੇ ਆ ਸਾਨੂੰ ਗਾਈਡੈਂਸ ਪਾਰਟੀ ਪ੍ਰਧਾਨ ਮਜੀਠੀਆ ਸਾਹਿਬ ਸੀਨੀਅਰ ਸਾਡੇ ਦੇ ਕੇ ਭੇਜਦੇ ਆ ਕਿ ਕੀ ਹੋਣਾ ਚਾਹੀਦਾ ਤੇ ਅਸੀਂ ਹੁਣ ਨੌਜਵਾਨਾਂ ਚ ਆਏ ਆ ਉਹਨਾਂ ਦੀ ਰੀਅਲ ਐਂਡ ਕਿ ਜੇ ਕੋਈ ਸਾਡੇ ਚ ਕਮੀ ਹੈ ਕਮੀਆਂ ਹੁੰਦੀਆਂ ਇਨਸਾਨਾਂ ਚ ਕੋਈ ਅਸੀ ਪਰਫੈਕਟ ਨਹੀਂ ਤੁਸੀਂ ਪਰਫੈਕਟ ਨਹੀਂ ਹਰ ਬੰਦਾ ਕੋਈ ਪਰਫੈਕਟ ਨਹੀਂ ਹੁੰਦਾ ਕਮੀਆਂ ਹੁੰਦੀਆਂ ਉਹੀ ਦੂਰ ਕਰਨ ਲਈ ਅਸੀਂ ਆਏ ਆ ਕਿ ਜੇ ਕੋਈ ਸਾਡੇ ਚ ਕਮੀਆਂ ਰਹਿ ਗਈਆਂ ਜੋ ਨੌਜਵਾਨਾਂ ਨੂੰ ਲੱਗਦਾ ਹੈ ਕੀ ਹੋਣਾ ਚਾਹੀਦਾ ਕਿਵੇਂ ਬਿਹਤਰ ਬਣਾ ਸਕਦੇ ਹਾਂ ਪਰ ਲੋਡ ਕੀ ਹੈ ਮੇਰਾ ਆਖਰੀ ਸਵਾਲ ਹੈਗਾ ਤੁਹਾਨੂੰ ਕੀ ਲੱਗਦਾ ਹੈ ਪੰਜਾਬ ਦੇ ਯੂਥ ਨੂੰ ਸਭ ਤੋਂ ਅੱਜ ਦੀ ਅਹਿਮ ਜ਼ਰੂਰਤ ਕੀ ਅਰਜੈਂਟ ਨੀਡ ਆਫ ਦਾ ਆਰ ਕੀ ਹੈਗਾ ਯੂਥ ਨੂੰ ਅਸੀਂ ਇੱਕ ਪੋਲਿਟਿਕਸ 'ਚ ਲੈ ਕੇ ਆ ਰਹੇ ਆ ਪਲੈਟਫਾਰਮ ਦੇ ਰਹੇ ਆ ਉਹ ਆਪ ਆ ਕੇ ਆਪਣੇ ਜ਼ਰੂਰਤਾਂ ਨੂੰ ਕਰੇ ਕਿਉਂ ਉਹ ਦੇਖੇ ਕਿਸੇ ਦੇ ਮੂੰਹ ਵੱਨੀ ਕਿਉਂ ਉਹ ਲਾਲਚ ਆਵੇ smartphone ਦੇ ਤੁਸੀਂ ਦੱਸ ਦਿਓ smartphone ਨਾਲ ਕੀ ਹੋ ਜੂਗਾ youth ਦਾ ਕੀ ਕਰ ਸਕਦਾ ਬੰਦਾ ਕਿਹਦੇ ਕੋਲੇ ਹੈ ਨਹੀਂ smartphone ਪਾਲਿਸੀ ਕੀ ਹੈ youth ਲਈ এজেন্ডਾ ਕੀ ਹੈ youth ਲਈ ਕਦੇ ਪਾਰਟੀਆਂ ਨੇ ਇਹ ਸੋਚਿਆ ਕਿ ਇਹਨਾਂ ਨੂੰ ਲਾਲਚ ਦੇ ਦਿਓ ਲਾਲਚ ਦੇ ਦੇ ਕਰ ਰਹੀਆਂ ਅਸੀਂ ਤਾਂ youth ਨੂੰ ਕਹਿ ਰਹੇ ਇਕੱਠੇ ਹੋ ਪਲੈਟਫਾਰਮ ਤੁਹਾਡਾ ਤਕੜੇ ਹੋ ਸਰਕਾਰ ਆਪਾਂ ਬਣਾਵਾਂਗੇ ਮੰਤਰੀ ਤੁਸੀਂ ਬਣੋਗੇ ਸਿਸਟਮ ਦੀਆਂ ਤਿਆਰੀਆਂ ਇਹੇ ਇਹ ਤਾਂ ਕੀ ਪਤਾ 19 ਦੀਆਂ ਹੁਣ 22 ਦੀਆਂ ਹੁਣ ਸਾਰਾ ਗੁਰੂ ਮੇਰ ਰੱਖੇ ਚੜ੍ਹਦੀ ਕਲਾ ਹੋਊਗੀ ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ ਪਰਮਿੰਦਰ ਸਿੰਘ ਬਰਾੜ ਕਹਿ ਰਿਹਾ ਹੈ ਕਿ ਅਜੰਡਾ ਹੈਗਾ ਸੋਈ ਰਵਾਇਤੀ ਪਾਰਟੀਆਂ ਦੀ ਤਰ੍ਹਾਂ ਕੰਮ ਨਹੀਂ ਕਰੂਗੀ ਇੱਕ ਅਜੰਡੇ ਤੇ ਕੰਮ ਕਰੂਗੀ ਔਰ ਯੂਥ ਵਾਸਤੇ ਅਸੀਂ ਬਹੁਤ ਕੁਝ ਕਰਨ ਜਾ ਰਹੇ ਹਾਂ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਪਵਿੱਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978